ਹੈਲੋ ਐਵਰੀਵਨ, ਵੈਲਕਮ ਟੂ ਨਿਊ ਜੋਬ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਆਈਆਂ ਹਨ ਜੀ ਰੇਲਵੇ ਦੇ ਵਿੱਚ ਅਪ੍ਰੈਂਟਿਸਿਪ ਦੀਆਂ ਅਸਾਮੀਆਂ ਨੇ। ਤਾਂ ਡਿਟੇਲ 'ਚ ਦੇਖਦੇ ਹਾਂ ਜੀ, ਅਪਲਾਈ ਕਰ ਸਕਦੇ ਹੋ ਤੁਸੀਂ ਇਹਨਾਂ ਪੋਸਟਾਂ ਦੇ ਲਈ 11 ਦਸੰਬਰ 2023 ਤੋਂ। ਲਾਸਟ ਡੇਟ ਹੈ ਜੀ ਅਪਲਾਈ ਕਰਨੇ ਦੀ 11 ਜਨਵਰੀ 2024, ਅਤੇ ਤੁਹਾਡਾ ਰਿਜ਼ਲਟ ਹੈ ਜਿਹੜਾ ਉਹ ਆਉਣਾ ਜੀ, ਮੈਰਿਟ ਲਿਸਟ ਆਉਣੀ ਹੈ 12 ਫਰਵਰੀ 2024 ਨੂੰ। ਹੁਣ ਅਪਲਾਈ ਲਈ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ? 10ਵੀਂ ਪਾਸ ਹੋਣਾ ਤੁਹਾਡਾ ਲਾਜ਼ਮੀ ਹੈ, ਉਸ ਤੋਂ ਇਲਾਵਾ ITI ਪਾਸ ਹੋਣਾ ਤੁਹਾਡਾ ਲਾਜ਼ਮੀ ਹੈ, ਠੀਕ ਹੈ। 10ਵੀਂ ਅਤੇ ITI ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਮੈਰਿਟ ਲਿਸਟ ਤਿਆਰ ਹੋਣੀ ਹੈ 10ਵੀਂ ਪਲੱਸ ITI ਦੇ ਨੰਬਰ ਜੋੜ ਕੇ, ਜੋ ਵੀ ਤੁਹਾਡੇ ਨੰਬਰ ਬਣਨਗੇ ਉਸ ਦੇ ਆਧਾਰ 'ਤੇ ਤੁਹਾਡੀ ਮੈਰਿਟ ਲਿਸਟ ਤਿਆਰ ਹੋਣੀ ਹੈ, ਠੀਕ ਹੈ ਜੀ। ਇਹਨਾਂ ਦੇ ਲਈ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਅਤੇ ਔਨਲਾਈਨ ਅਪਲਾਈ ਕਰਨਾ ਕਿੱਥੋਂ ਹੈ ਉਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਅਤੇ ਤੁਹਾਡੀ ਜਿਹੜੀ ਏਜ ਲਿਮਿਟ ਹੈ ਉਹ 24 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ 15 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। SC ਕੈਂਡੀਡੇਟ ਦੇ ਲਈ 5 ਸਾਲ ਦੀ ਛੂਟ ਹੈ ਜੀ, ਅਤੇ OBC ਦੇ ਲਈ 3 ਸਾਲ ਤੱਕ ਦੀ ਛੂਟ ਦਿੱਤੀ ਗਈ ਹੈ ਜੀ। ਅਤੇ ਫਿਜ਼ੀਕਲੀ ਡਿਸੇਬਲ ਪਰਸਨ ਦੇ ਲਈ 10 ਸਾਲ ਤੱਕ ਦੀ ਛੂਟ ਦਿੱਤੀ ਗਈ ਹੈ। ਤਾਂ ਤੁਸੀਂ ਇਹਨਾਂ ਦੇ ਲਈ ਅਪਲਾਈ ਕਰ ਸਕਦੇ ਹੋ। ਜਿਹੜੇ ਵੀ ਜਨਰਲ ਕੈਟਾਗਰੀ ਨਾਲ ਸੰਬੰਧਿਤ ਨੇ ਉਹਨਾਂ ਲਈ 100 ਰੁਪਇਆ ਫੀਸ ਰੱਖੀ ਗਈ ਹੈ। SC ਕੈਟਾਗਰੀ ਦੇ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ, ਠੀਕ ਹੈ ਜੀ। SC ST PWD ਜਾਂ ਵੂਮੈਨ ਕੈਂਡੀਡੇਟ ਦੇ ਲਈ ਕੋਈ ਫੀਸ ਨਹੀਂ ਹੈ। ਤਾਂ ਡੈਟਸ ਆਲ ਗਾਈਜ਼, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।